ਮਾਮਲਾ ਅੰਮ੍ਰਿਤਸਰ ਦੇ ਚਰਹਟਾ ਰੋਡ ਦਾ ਹੈ ਜਿੱਥੇ ਐਕਟਿਵਾ ਤੇ ਵਿਆਹ ਸਮਾਗਮ ਵਿੱਚ ਜਾ ਰਹੀਆਂ ਮਾਂ ਬੇਟੀ ਨੂੰ ਆਰਮੀ ਦੇ ਟਰੱਕ ਵੱਲੋਂ ਸਾਈਡ ਮਾਰ ਕੇ ਸੁੱਟ ਦਿੱਤਾ ਗਿਆ ਅਤੇ ਲੜਕੀ ਟਰੱਕ ਲੱਗਣ ਤੋਂ ਬਾਅਦ ਆਰਮੀ ਟਰੱਕ ਦੇ ਹੇਠ ਆਉਣ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲੜਕੀ ਦੀ ਮਾਤਾ ਦੀ ਲੱਤ 'ਤੇ ਗੰਭੀਰ ਸੱਟ ਲੱਗੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਦੀ ਮਾਤਾ ਸੁਦੇਸ਼ ਬਾਲਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਆਚਲ ਉਬਰ 21 ਸਾਲ ਦੇ ਨਾਲ ਐਕਟਿਵਾ 'ਤੇ ਬੈਠ ਨਾਰਾਇਣਗੜ੍ਹ ਵਿਆਹ ਦੇ ਸਮਾਗਮ ਨੂੰ ਅਟੈਂਡ ਕਰਨ ਜਾ ਰਹੀ ਸੀ ਕਿ ਰਸਤੇ ਵਿੱਚ ਰੇਟਾ ਰੋਡ 'ਤੇ ਉਹਨਾਂ ਨੂੰ ਆਰਮੀ ਦੇ ਟਰੱਕ ਵੱਲੋਂ ਟੱਕਰ ਮਾਰ ਕੇ ਸੁੱਟ ਦਿੱਤਾ ਗਿਆ ਅਤੇ ਉਹਨਾਂ ਦੀ ਬੇਟੀ ਆਚਲ ਆਰਮੀ ਦੇ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ ਜਿਸ ਵਿੱਚ ਉਹਨਾਂ ਦੋਸ਼ ਲਗਾਏ ਹਨ ਕਿ ਉਹ ਆਰਾਮ ਨਾਲ ਸਾਈਡ 'ਤੇ ਜਾ ਰਹੇ ਸੀ ਪਰ ਆਰਮੀ ਦੇ ਟਰੱਕ ਵੱਲੋਂ ਉਹਨਾਂ ਨੂੰ ਓਵਰਟੇਕਿੰਗ ਕਰਦਿਆਂ ਸਾਈਡ ਮਾਰੀ ਗਈ ਹੈ ਜਿਸ ਦੇ ਚੱਲਦੇ ਐਕਟਿਵਾ ਦੇ ਡਿੱਗਣ 'ਤੇ ਉਹਨਾਂ ਦੀ ਬੇਟੀ ਦੀ ਆਰਮੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ ਹੈ ਜਿਸ ਦੇ ਚੱਲਦੇ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉੱਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਸ਼ਵਾਸਨ ਦਿਵਾਇਆ ਹੈ ਕਿ ਉਹ ਸਾਰੇ ਮਾਮਲੇ 'ਤੇ ਜਾਂਚ ਕਰ ਰਹੇ ਹਨ। ਪੜਤਾਲ ਉਪਰੰਤ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। बताइएगा आप क्या हुआ है, आपके कौन क्या लगते हैं, कहाँ से कहाँ जा रहे थे आप? शादी में जा रहे थे नारायणगढ़ जी। आपका नाम? आपका नाम? अच्छा क्या हुआ था? मैं तो सीधे हम बुरी बिल्कुल साथ में साथ साथ चलते आ रहे थे, पीछे से मिलिट्री के ट्रक ने कट मारा हमारे आगे से, ऐसे करके यूं कर दिया। उनको आराम से चल रहे थे, मिलिट्री वालों को सजा मिलनी चाहिए जेड़ा कट मार के गया। हमारे को हमारा तो कोई कसूर ही नहीं था, हम तो बहुत साइड में चल रहे थे। गाड़ी का पता है कहाँ से आप यू टर्न लिया था उन्होंने? आप उसने ऐसे लिया, हम तो इसी तरफ थे, वो हमारे आगे आके यूं मार के चला गया पिछला हिस्सा। अच्छा, तो वो नीचे गिर गई जा कैसे? गिर गई। किसके नीचे आई थी? वो टायर के नीचे आई थी। मेरे को क्या उस वेले होश था, हम दोनों स्कूटर पे थे, हम गिर गए दोनों वो उसी वेले उसके ऊपर से। अब क्या हुआ? क्या अब थोड़ी कैसे हालात है उसकी? मर गई है वो। कहाँ है मेरी बेटी? उसमें पड़ी थी स्कूटर, उसमें टेम्पू में कहाँ है उसको लेके? कहाँ के रहने वाले हो? मजीठा रोड के। यहाँ पर कहाँ जा रहे थे आप? शादी में जा रहे थे नारायणगढ़ जी। सर की मामला जरा, एक एक्सीडेंट होया जी। ਹੁਣ ਤਲਾਹ ਮਿਲੀ ਹੈ ਅਤੇ ਬੀ ਆਰ ਟੀ ਐਸ ਦੇ ਲਾਗੇ ਸਾਡਾ ਰੋਡ 'ਤੇ ਉੱਥੇ ਐਕਸੀਡੈਂਟ ਹੋਇਆ, ਇੱਕ ਆਰਮੀ ਦਾ ਵਹੀਕਲ ਆ ਉਹਦੇ ਨਾਲ ਹਿੱਟ ਕੀਤੀ ਹੈ ਐਕਟਿਵਾ, ਅਤੇ ਇਹਦੇ ਬਾਰੇ ਹੁਣ ਵੈਰੀਫਾਈ ਕੀਤਾ ਜਾ ਰਿਹਾ ਸਾਰੇ, ਜੋ ਵੀ ਇਹਦੇ ਸੰਬੰਧੀ ਕਾਰਵਾਈ ਬਣਦੀ ਕੀਤੀ ਜਾਊਗੀ। ਨਹੀਂ ਸਰ, ਘਰ ਵਾਲਿਆਂ ਕਹਿਣਾ ਕਿ ਨਾ ਓਵਰਟੇਕ ਕੀਤੀ ਕਿ ਨਾ ਹਮਾਰਾ ਉਹਨੇ ਆਪਣਾ ਟਰੱਕ ਵਾਲੇ ਨੇ? ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ, ਇਹ ਸਾਡੀ ਇਨਵੈਸਟੀਗੇਸ਼ਨ ਕਰਕੇ ਥੋਰਲੀ ਕਰਕੇ ਫਿਰ ਦੱਸਾਂਗੇ ਕੀ ਕਾਰਵਾਈ।